ਗੁੱਡ ਈਵਨਿੰਗ ਸਟੂਡੈਂਟਸ ਮਾਈਸੈਲ ਜਤਿਨ ਬਾਂਸਲ ਅੱਜ ਆਪਾਂ ਪੰਜਾਬ ਜੀਕੇ ਦੀ ਜੀਓਗ੍ਰਾਫੀ ਸਟਾਰਟ ਕਰਾਂਗੇ ਤੇ ਇਹ ਪੰਜਾਬ ਜੀਕੇ ਸੀਰੀਜ਼ ਦਾ ਪਾਰਟ 9 ਸਟਾਰਟ ਹੋ ਰਿਹਾ ਹੈ ਇਸ ਤੋਂ ਪਹਿਲਾਂ ਆਪਾਂ ਨੇ 8 ਪਾਰਟਸ ਦੇ ਵਿੱਚ ਜਰਨਲ ਇਨਫੋਰਮੇਸ਼ਨ ਅਬਾਊਟ ਪੰਜਾਬ ਡਿਸਕਸ ਕੀਤੇ ਸੀਗੇ ਤਾਂ ਜੋ ਵੀ ਸਟੂਡੈਂਟ ਚੈਨਲ ਤੇ ਨਵੇਂ ਨੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਅੱਗੇ ਆਪਣੇ ਫਰੈਂਡਸ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਵੀ ਤਾਂ ਜੋ ਜਿਆਦਾ ਤੋਂ ਜਿਆਦਾ ਸਟੂਡੈਂਟਸ ਚੈਨਲ ਤੇ ਜੁੜ ਸਕਣ ਤੇ ਸਾਰੇ ਸਟੂਡੈਂਟ ਵੀ ਜਿਨ੍ਹਾਂ ਨੇ ਹਾਲੇ ਪਾਰਟਸ ਨਹੀਂ ਦੇਖੇ ਅੱਠ ਪਾਰਟਸ ਤਾਂ ਪਲੀਜ਼ ਸਟਾਰਟਿੰਗ ਤੋਂ ਸਾਰੇ ਪਾਰਟਸ ਜ਼ਰੂਰ ਦੇਖਣਾ ਤੇ ਇਸ ਵੀਡੀਓ ਨੂੰ ਵੀ ਪੂਰੀ ਦੇਖਣਾ ਜਸਟ 5 ਔਰ 6 ਮਿੰਟਸ ਦੀ ਵੀਡੀਓ ਹੈ ਕੰਪਲੀਟ ਦੇਖੋ ਵੀ ਤਾਂ ਜੋ ਤੁਹਾਨੂੰ ਫੁੱਲ ਇਨਫੋਰਮੇਸ਼ਨ ਪੰਜਾਬ ਬਾਰੇ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਮਿਲ ਸਕੇ ਤਾਂ ਚਲੋ ਅੱਜ ਆਪਾਂ ਜੀਓਗ੍ਰਾਫੀ ਆਫ ਪੰਜਾਬ ਸਟਾਰਟ ਕਰਦੇ ਹਾਂ ਪਾਰਟ 9 ਹੈ ਹਾਂਜੀ ਹਾਂਜੀ ਜੀਓਗ੍ਰਾਫੀ ਆਫ ਪੰਜਾਬ ਜਿਨੋ ਆਪਾਂ ਇੱਕ ਤਰੀਕੇ ਨਾਲ ਜੀਓਗ੍ਰਾਫੀ ਨੂੰ ਭੂਗੋਲ ਕਹਿੰਦੇ ਹੁੰਦੇ ਸੀ ਪੰਜਾਬੀ ਦੇ ਵਿੱਚ ਠੀਕ ਹੈ ਨਾ ਤਾਂ ਪੰਜਾਬ ਦਾ ਭੂਗੋਲ ਕੀ ਕਹਿੰਦਾ ਹੈਗਾ ਦੇਖੋ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਲੋਕੇਸ਼ਨ ਦੇਖਦੇ ਆ ਪੰਜਾਬ ਇਜ਼ ਲੋਕੇਟਿਡ ਇਨ ਦੀ ਨਾਰਥ-ਵੈਸਟਰਨ ਪਾਰਟ ਆਫ ਇੰਡੀਆ ਤਾਂ ਇਸ ਤਰੀਕੇ ਨਾਲ ਕੁਐਸਚਨ ਆਇਆ ਹੋਇਆ ਹੈ ਵੀ ਪੰਜਾਬ ਦੀ ਲੋਕੇਸ਼ਨ ਇੰਡੀਆ ਦੇ ਵਿਦਰ ਰਿਸਪੈਕਟ ਕਿੱਥੇ ਹੈ ਗਿਆ ਨਾਰਥ-ਵੈਸਟਰਨ ਪਾਰਟ ਦੇ ਵਿੱਚ ਹੈ ਗਿਆ ਇੰਡੀਆ ਦੇ ਵਿਦਰ ਰਿਸਪੈਕਟ ਹਾਂਜੀ ਓਕੇ ਕਿਉਂਕਿ ਇਹਨਾਂ ਦੇਖੋ ਨਾ ਜੇ ਆਪਾਂ ਇੰਡੀਆ ਦਾ ਮੈਪ ਮੈਪ ਦੀ ਗੱਲ ਕਰੀਏ ਤਾਂ ਆਪਣਾ ਪੰਜਾਬ ਉਰੇ ਜੇ ਹੈਗਾ ਥਿਸ ਡਾਇਰੈਕਸ਼ਨ ਇਜ਼ ਦੀ ਨਾਰਥ-ਵੈਸਟਰਨ ਪਾਰਟ ਆਫ ਇੰਡੀਆ ਹਾਂਜੀ ਓਕੇ ਉਸ ਤੋਂ ਬਾਅਦ ਨੈਕਸਟ ਕੁਐਸਚਨ ਪੁੱਛਦਾ ਹੁੰਦਾ ਸ਼ੇਪ ਆਫ ਪੰਜਾਬ ਕੀ ਹੈਗੀ ਹੈ ਤਾਂ ਵੈਰੀ ਵੈਲ ਨੋਨ ਤਾਂ ਸ਼ੇਪ ਆਫ ਪੰਜਾਬ ਤੁਹਾਨੂੰ ਪਤਾ ਹੀ ਹੈ ਜਿਵੇਂ ਇਸ ਤਰੀਕੇ ਦੀ ਸ਼ੇਪ ਜੀ ਹੈਗਾ ਤਾਂ ਆਪਣੇ ਪੰਜਾਬ ਦੀ ਆ ਕਿਹੜੀ ਸ਼ੇਪ ਹੈ ਗਿਆ ਟ੍ਰਾਇੰਗਲ ਸ਼ੇਪ ਹੈ ਤਾਂ ਦਿਸ ਸ਼ੇਪ ਆਫ ਪੰਜਾਬ ਇਸ कॉल्ड ਟ੍ਰਾਇੰਗੂਲਰ ਸ਼ੇਪ ਹੈਗੀ ਆਪਣੇ ਪੰਜਾਬ ਦੀ ਹਾਂਜੀ ਥੈਨ ਹੈਗਾ ਆਪਣਾ ਲੈਟੀਟਿਊਡ ਰੇਂਜ ਲੈਟੀਟਿਊਡ ਰੇਂਜ ਕਿੰਨੀ ਆਪਣੇ ਪੰਜਾਬ ਦੀ ਲੈਟੀਟਿਊਡ ਰੇਂਜ ਇਹ ਹੈਗਾ 29 ਡਿਗਰੀ 30 ਮਿੰਟ ਨਾਰਥ ਤੋਂ ਲੈ ਕੇ 32, degree, 32 डिग्री 32 मिनट नॉर्थ ਤਾਂ ਅਪਰੋਕਸੀਮੇਟ ਯਾਦ ਰੱਖੋ 29 डिग्री ਤੋਂ ਸਟਾਰਟ ਹੁੰਦਾ ਹੈ 29 डिग्री 30 ਮਿੰਟ ਨਾਰਥ ਤੋਂ ਲੈ ਕੇ 32 डिग्री 32 ਮਿੰਟ ਨਾਰਥ ਤੱਕ ਹੈਗਾ ਆਪਣਾ ਪੰਜਾਬ ਤੇ ਉਸ ਤੋਂ ਬਾਅਦ ਲੌਂਗੀਟਿਊਡ ਰੇਂਜ ਦੀ ਗੱਲ ਕਰੀਏ ਜੇ ਆਪਾਂ ਤਾਂ ਲੌਂਗੀਟਿਊਡ ਰੇਂਜ ਆਪਣੇ ਪੰਜਾਬ ਦੀ ਕਿੰਨੀ ਹੈਗੀ ਹੈ 73 डिग्री 55 मिनट ईस्ट ਤੋਂ ਲੈ ਕੇ 76° 50 मिनट ईस्ट ਮਤਲਬ ਅਪਰੋਕਸਿਮੇਟ 3-3° ਦਾ ਫਰਕ ਹੈਗਾ 29 ਤੋਂ ਲੈ ਕੇ 32 ਤੱਕ ਤੇ 73 ਤੋਂ ਲੈ ਕੇ 76 ਤੱਕ ਇਸ ਤਰੀਕੇ ਨਾਲ ਨਾ ਅਪਰੋਕਸਿਮੇਟ ਵੈਲਿਊ ਤੁਸੀਂ ਯਾਦ ਕਰ ਸਕਦੇ ਹੋ ਅ देन ਕੁਸ਼ਨ ਆ ਰਿਹਾ ਵੀ ਇਨ ਪੰਜਾਬ ਡਿਸਟੈਂਸ ਬਿਟਵੀਨ ਇਟਸ ਨਾਰਥ ਐਂਡ ਸਾਊਥ ਤਾਂ ਆਪਣੇ ਪੰਜਾਬ ਦੇ ਨਾਰਥ ਤੇ ਸਾਊਥ ਦਾ ਕਿੰਨਾ ਕੁ ਡਿਫਰੈਂਸ ਹੈਗਾ ਐਗਜ਼ੈਕਟ ਤਾਂ ਨਾਰਥ ਤੇ ਸਾਊਥ ਦਾ ਜਿਹੜਾ ਡਿਫਰੈਂਸ ਹੈਗਾ ਆਪਣੇ ਪੰਜਾਬ ਦਾ 345 ਕਿਲੋਮੀਟਰ ਦਾ ਡਿਫਰੈਂਸ ਹੈਗਾ ਦੈਨ ਆਸ ਕਰਦਾ ਹੁੰਦਾ ਇਨ ਪੰਜਾਬ ਡਿਸਟੈਂਸ ਬਿਟਵੀਨ ਈਸਟ ਟੂ ਵੈਸਟ ਤਾਂ ਮਤਲਬ ਜੇ ਆਪਾਂ ਇਸ ਆਵਲਾ ਡਾਇਗਰਾਮ ਬਣਾਈਏ ਆਪਣੇ ਪੰਜਾਬ ਦਾ ਤਾਂ ਏ ਨਾਰਥ ਤੋਂ ਸਾਊਥ ਦਾ ਹੋ ਗਿਆ ਤੇ ਆਪਣਾ ਇਹ ਹੋ ਗਿਆ ਈਸ ਤੋਂ ਵੈਸਤ ਦਾ ਡਿਫਰੈਂਸ ਇਹ ਹੈਗਾ 300 ਕਿਲੋਮੀਟਰ ਦਾ ਡਿਫਰੈਂਸ ਹੈਗਾ ਫ੍ਰੋਮ ਈਸ ਟੂ ਵੈਸਟ ਦਾ ਦੈਨ ਆਸ ਕਰਦਾ ਹੈਗਾ ਏਰੀਆ ਆਫ ਪੰਜਾਬ ਕਿੰਨਾ ਹੈਗਾ ਤਾਂ ਏਰੀਆ ਆਫ ਪੰਜਾਬ ਨੀਅਰ ਅਬਾਊਟ ਆਪਣਾ 50362 ਸਕਰ ਕਿਲੋਮੀਟਰ ਹੈ ਬਹੁਤ ਫੇਮਸ ਕੁਐਸਚਨ ਹੈ द एरिया ऑफ पंजाब 50362 ਜੇ ਆਪਾਂ ਇੰਡੀਆ ਦੇ ਵਿੱਚ ਰਿਸਪੈਕਟ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਰਿਸਪੈਕਟ ਕਿੰਨਾ ਏਰੀਆ ਪੰਜਾਬ ਦੇ پاس ਹੈਗਾ ਤਾਂ ਜਸਟ 1.54% ਇੰਡੀਆ ਕੋਲ ਜਿੰਨਾ ਏਰੀਆ ਹੈਗਾ ਉਸ ਦਾ 1.54% ਏਰੀਆ ਆਪਣੇ ਪੰਜਾਬ ਦੇ پاس ਹੈਗਾ ਹਾਂਜੀ ਓਕੇ ਨੈਕਸਟ ਕੁਐਸਚਨ ਕਹਿ ਰਿਹਾ ਹੈਗਾ ਵਰਡ ਪੰਜਾਬ ਇਜ਼ ਮੇਡ ਅਪ ਆਫ ਟੂ ਪਰਸ਼ੀਅਨ ਵਰਡਸ ਪਰਸ਼ੀਅਨ ਆਪਾਂ ਫਾਰਸੀ ਪਾ ਹੈਗਾ ਨਾ ਬਹੁਤ ਵਾਰੀ ਇਹ ਕੁਐਸਚਨ ਆਇਆ ਹੋਇਆ ਹੈ ਵੀ ਆਪਣੇ ਪੰਜਾਬ ਜਿਹੜਾ ਸ਼ਬਦ ਹੈਗਾ ਇਹ ਕਿਹੜੀ ਲੈਂਗੁਏਜ ਤੋਂ ਚੱਕਿਆ ਹੋਇਆ ਤਾਂ ਫਾਰਸੀ ਸ਼ਬਦ ਹੈਗਾ ਪੰਜਾਬ ਦਾ ਤੁਸੀਂ ਅੰਗਰੇਜ਼ੀ ਚ ਪਰਸ਼ੀਅਨ ਕਹਿ ਸਕਦੇ ਹੋ ਪੰਜ ਮੀਨਸ 5 ਤਾਂ ਆਪ ਮੀਨਸ ਕੀ ਹੁੰਦਾ ਹੈ ਵਾਟਰ ਤਾਂ ਦੈਟਸ ਵਾਈ ਆਪਣੇ ਪੰਜਾਬ ਨੂੰ ਪੰਜ ਰਿਵਰਾਂ ਦਾ ਦੇਸ਼ ਕਿਹਾ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਸੋ ది ਵਰਡ ਪੰਜਾਬ ਮੀਨਸ ਲੈਂਡ ਆਫ 5 ਰੀਵਰਸ ਤਾਂ ਪੰਜ ਰਿਵਰਸ ਕਿਹੜੀਆਂ ਨੇ ਬਹੁਤ ਹੀ ਫੇਮਸ ਮੈਂ ਤਾਂ ਇੱਕ ਐਕ੍ਰੋਨਿਮ ਜਮਾਣਾ ਜੀ ਸੀ ਆਰ ਬੀ ਐਸ ਓਕੇ ਤਾਂ ਜੇਲਮ ਚੇਨਾਬ ਰਾਵੀ ਬਿਆਸ ਸਤਲੁਜ ਇਹਨਾਂ ਨਾਰਥ ਤੋਂ ਲੈ ਕੇ ਸਾਊਥ ਡਾਇਰੈਕਸ਼ਨ ਤੱਕ ਹੈ ਮਤਲਬ ਸਭ ਤੋਂ ਉੱਪਰ ਆਪਣੀ ਨਾਰਥ ਦੇ ਵਿੱਚ ਹੈਗਾ ਜੇਲਮ ਆਪਣੇ ਪੰਜਾਬ ਦੇ ਵਿਦ ਰਿਸਪੈਕਟ ਤੇ ਸਾਊਥ ਵਿੱਚ ਹੈਗੇ ਆਪਣੀ ਸਤਲੁਜ ਹਾਂਜੀ ਓਕੇ ਤਾਂ ਜੇਲਮ ਚੇਨਾਬ ਰਾਵੀ ਬਿਆਸ ਸਤਲੁਜ ਹਾਂਜੀ ਨੈਕਸਟ ਹੈਗਾ ਇਸ ਤੋਂ ਬਾਅਦ ਨਾ ਪੰਜਾਬ ਦੇ ਨਾਲ ਨੇਮਸ ਬਾਰੇ ਕੁਐਸਚਨ ਆਸ ਕਰਦੇ ਹੁੰਦੇ ਨੇ ਵੀ ਕਿਹੜੇ-ਕਿਹੜੇ ਸਮੇਂ ਦੇ ਵਿੱਚ ਪੰਜਾਬ ਨੂੰ ਕੀ ਕਿਹਾ ਗਿਆ ਹੈਗਾ ਬਹੁਤ ਹੀ ਫੇਮਸ ਆਪਣਾ ਰਿਗਵੇਦਿਕ ਨੇਮ ਆਫ ਪੰਜਾਬ ਤਾਂ ਰਿਗਵੇਦ ਸਮੇਂ ਦੇ ਵਿੱਚ ਜੇ ਆਪਾਂ ਕਹਿੰਨਾ 올ਡ ਨੇਮ ਆਫ ਪੰਜਾਬ ਤਾਂ ਇਹਨੂੰ ਆਪਾਂ ਸप्तसिंधੂ ਕਹਿੰਦੇ ਸੀਗੇ ਦੀ ਲੈਂਡ ਆਫ ਸੈਵਨ ਰਿਵਰ ਤਾਂ ਉਸ ਸਮੇਂ ਆਪਣੇ ਪੰਜਾਬ ਵਿੱਚ ਸੱਤ ਰਿਵਰਸ ਬੈੰਦੇਆ ਸੀਗੇ ਦੈਟਸ ਵਾਈ ਸप्तसिंधੂ ਕਿਹਾ ਜਾਂਦਾ ਸੀਗਾ ਆਪਣੇ ਪੰਜਾਬ ਨੂੰ ਰਿਗਵੇਦਿਕ ਸਮੇਂ ਦੇ ਵਿੱਚ ਹਾਂਜੀ ਡਿਫਰੈਂਟ ਨੇਮਸ ਆਫ ਪੰਜਾਬ ਤਾ ਅਲੱਗ-ਅਲੱਗ ਨੇਮ ਕੀ ਹੈਗੇ ਨੇ ਇਹ ਵੀ ਕੁਐਸਚਨ ਬਹੁਤ ਵਾਰਿਆ ਅਕੋਰਡਿੰਗ ਟੂ ਰਮਾਇਣ ਮਹਾਭਾਰਤ ਜਾਂ ਪੁਰਾਣ ਤਾਂ ਇਹਨਾਂ ਦੇ ਅਕੋਰਡਿੰਗ ਆਪਣੇ ਪੰਜਾਬ ਦਾ ਕੀ ਨਾਮ ਰੱਖਿਆ ਹੋਇਆ ਹੈਗਾ ਤਾਂ ਚਾਹੇ ਮਹਾਭਾਰਤ ਕਹੇ ਚਾਹੇ ਰਮਾਇਣ ਕਹੇ ਚਾਹੇ ਪੁਰਾਣ ਕਹੇ ਇਹਨਾਂ ਦੇ ਵਿੱਚ ਆਪਣੇ ਪੰਜਾਬ ਨੂੰ ਪੰਚਨੰਦ ਕਿਹਾ ਗਿਆ ਸੀਗਾ ਪੰਚਨਦ ਕਿਹਾ ਗਿਆ ਸੀਗਾ ਵੀ ਪੰਜ ਨਦੀਆਂ ਵਾਲਾ ਦੇਸ਼ ਪੰਚਨੰਦ ਮਹਾਭਾਰਤ ਦੇ ਵਿੱਚ ਰਮਾਇਣ ਦੇ ਵਿੱਚ ਤੇ ਪੁਰਾਣ ਦੇ ਵਿੱਚ ਡਿਊਰਿੰਗ ਰਿਗਵੇਦਿਕ ਪੀਰੀਅਡ ਦੀ ਗੱਲ ਕਰੀਏ ਰਿਗਵੇਦਿਕ ਸਮੇਂ ਦੇ ਵਿੱਚ ਸप्त ਸਿੰਧੂ ਕਿਹਾ ਜਾਂਦਾ ਸੀਗਾ ਜਿਸ ਨੂੰ ਆਪਾਂ ਲੈਂਡ ਆਫ ਸੈਵਨ ਰਿਵਰਸ ਕਹਿੰਦੇ ਆ ਅ देन ਕਹਿੰਦਾ ਗ੍ਰੀਕ ਰੈਫਰਡ ਪੰਜਾਬ ਆ ਜਿਹੜੇ ਯੂਨਾਨੀ ਲੋਕ ਸੀਗੇ ਉਹ ਪੰਜਾਬ ਨੂੰ ਕੀ ਕਹਿ ਕੇ ਬੁਲਾਉਂਦੇ ਹੁੰਦੇ ਸੀ ਯੂਨਾਨੀ ਲੋਕ ਪੈਂਟੋਪਟਾਮੀਆ ਤਾਂ ਪੈਂਟੋਪਟਾਮੀਆ ਗ੍ਰੀਕ ਲੋਕ ਕਹਿੰਦੇ ਹੁੰਦੇ ਸੀ ਆਪਣੇ ਪੰਜਾਬ ਨੂੰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਹਿੰਦਾ ਪੰਜਾਬ ਵਾਸ ਰੂਲਡ ਫਾਰ ਅ ਲੌਂਗ ਟਾਈਮ ਬਾਏ ਅ ਟ్రਾਈਬ ਨੇਮਡ ਟਕ ਉਹ ਇਹ ਸਪੈਲਿੰਗ ਨੇ ਅਲਗਲਾ ਟੱਕ ਜਾਂ ਟੱਕ ਟਾਕੀ ਹੈ ਸੋ ਇਟ ਹੈਜ਼ ਬੀਨ ਕਾਲਡ ਐਜ਼ ਟਾਕੀ ਪ੍ਰੋਵਿੰਸ অর ਟੱਕ ਪ੍ਰੋਵਿੰਸ ਕਹਿੰਦੇ ਨਾ ਆਪਣੇ ਪੰਜਾਬ ਨੂੰ ਟੱਕ ਦੇਸ਼ ਕਿਹਾ ਜਾਂਦਾ ਤਾਂ ਆਪਣੇ ਪੰਜਾਬ ਨੂੰ ਟੱਕ ਦੇਸ਼ ਕਿਹਾ ਜਾਂਦਾ ਹੈਗਾ ਇਸ ਦਾ ਰੀਜ਼ਨ ਕੀ ਹੈਗਾ ਟੱਕ ਦੇਸ਼ ਕਹਿੰਦਾ ਤਾਂ ਅਕੋਰਡਿੰਗ ਟੂ ਆਰਕੀਓਲੋਜਿਸਟ ਕਹਿੰਦੇ ਕਿਸੇ ਸਮੇਂ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਟੱਕ ਟ్రਾਈਬ ਦੇ ਲੋਕ ਰਹਿੰਦੇ ਸੀਗੇ ਟੱਕ ਟ్రਾਈਬ ਦੇ ਲੋਕ ਰਹਿੰਦੇ ਸੀਗੇ दैट्स ਵਾਈ ਆਪਣੇ ਪੰਜਾਬ ਨੂੰ ਟੱਕ ਦੇਸ਼ ਵੀ ਕਿਹਾ ਜਾਣ ਲੱਗਿਆ ਸੀਗਾ ਹਾਂਜੀ ਓਕੇ ਉਸ ਤੋਂ ਬਾਅਦ ਇੱਕ ਚਾਈਨੀਜ਼ ਟਰੈਵਲਰ ਆਇਆ ਸੀਗਾ ਆਪਣੇ ਇੰਡੀਆ ਦੇ ਵਿੱਚ ਹਿਊਨ ਸੰਗ ਬਹੁਤ ਹੀ ਫੇਮਸ ਹਰਸ਼ਵਰਧਨ ਦੇ ਸਮੇਂ ਤੁਸੀਂ ਜੇ ਮੇਰੇ ਹੋਰ ਵੀਡੀਓਜ਼ ਦੇਖਦੇ ਹੋ ਜੀਕੇ ਦੇ ਉਹਦੇ ਤੁਹਾਨੂੰ ਮੈਂ ਦੱਸਿਆ ਹੋਇਆ ਬਹੁਤ ਵਾਰੀ ਵੀ ਹਿਊਨ ਸੰਗ ਹਰਸ਼ਵਰਧਨ ਦੇ ਸਮੇਂ ਆਇਆ ਸੀ ਉਸਨੇ ਪੰਜਾਬ ਨੂੰ ਆਪਣੀ ਕਿਤਾਬ ਦੇ ਵਿੱਚ ਕੀ ਲਿਖਿਆ ਸੀਗਾ ਤਾਂ ਉਸਨੇ ਲਿਖਿਆ ਸੀਗਾ ਸ਼ੈਕੀਆ ਤਾ ਹਿਊਨ ਸੰਗ ਨੇ ਆਪਣੇ ਪੰਜਾਬ ਦਾ ਨਾਮ ਰੱਖਿਆ ਸੀਗਾ ਸ਼ੈਕੀਆ ਹਾਂਜੀ ਓਕੇ ਡਿਊਰਿੰਗ ਦੀ ਰੀਨ ਆਫ ਅਕਬਰ ਔਰ ਮੁਗਲ ਪੀਰੀਅਡ ਜਾਂ ਅਕਬਰ ਕਹੂਗਾ ਜਾਂ ਉਹ ਮੁਗਲ ਪੀਰੀਅਡ ਕਹੂਗਾ ਤਾਂ ਆਪਣੇ ਪੰਜਾਬ ਦਾ ਨਾਮ ਅਕਬਰ ਦੇ ਸਮੇਂ ਸੀਗਾ ਸੁਬਾਏ ਲਾਹੌਰ ਸੁਬਾਏ ਲਾਹੌਰ ਮੁਗਲ ਪੀਰੀਅਡ ਦੇ ਦੌਰਾਨ ਜਿਸ ਨੂੰ ਤੁਸੀਂ ਲਾਹੌਰ ਸੁਬਾ ਵੀ ਕਹਿ ਸਕਦੇ ਹੋ ਓਕੇ ਸਟੂਡੈਂਟਸ ਹਾਂਜੀ ਨੈਕਸਟ ਕਰ ਐਟ ਦੀ ਟਾਈਮ ਆਫ ਮਹਾਰਾਜਾ ਰਣਜੀਤ ਸਿੰਘ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਦੌਰਾਨ ਆਪਣੇ ਪੰਜਾਬ ਦਾ ਨਾਮ ਸੀਗਾ ਲਾਹੌਰ ਪ੍ਰੋਵਿੰਸ ਤੇ ਇਹਨਾਂ 1849 ਦੇ ਵਿੱਚ ਤੁਹਾਨੂੰ ਪਤਾ ਹੀ ਹੈ ਬ੍ਰਿਟਿਸ਼ ਅਨੈਕਸਡ ਪੰਜਾਬ ਤਾਂ ਅੰਗਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਕਰ ਲਿਆ ਸੀਗਾ ਟੂ ਦੀ ਬ੍ਰਿਟਿਸ਼ ਐਮਪਾਇਰ ਐਂਡ ਨੇਮਡ ਇਟ ਐਜ਼ ਪੰਜਾਬ ਪ੍ਰੋਵਿੰਸ ਤਾਂ ਸਭ ਤੋਂ ਪਹਿਲਾਂ ਪੰਜਾਬ ਪ੍ਰੋਵਿੰਸ ਨਾਮ ਅੰਗਰੇਜ਼ਾਂ ਨੇ ਰੱਖਿਆ ਸੀਗਾ ਜਦੋਂ 1849 ਦੇ ਵਿੱਚ ਅੰਗਰੇਜ਼ਾਂ ਨੇ ਆਪਣੇ ਪੰਜਾਬ ਉੱਤੇ ਕਬਜ਼ਾ ਕਰ ਲਿਆ ਸੀਗਾ ਹਾਂਜੀ ਓਕੇ ਦੈਨ ਆਪਾਂ ਗੱਲ ਕਰੀਏ ਜਿਹੜਾ ਆਪਣਾ ਪੰਜਾਬ ਹੈਗਾ ਯੂ نو ਵੈਰੀ ਵੈਲ 6 ਡਿਸਟ੍ਰਿਕਟ ਸ਼ੇਅਰ ਕਰਦਾ ਹੈਗਾ ਵਿਦ ਪਾਕਿਸਤਾਨ ਐਂਡ ਮੇਕਸ ਇੰਟਰਨੈਸ਼ਨਲ ਬਾਰਡਰ ਆਫ 553 ਕਿਲੋਮੀਟਰ ਤਾਂ ਤੁਹਾਨੂੰ ਪਤਾ ਆਪਣੇ ਪੰਜਾਬ ਨਾਲ ਜੇ ਕੋਈ ਕਹੂਗਾ ਵੀ ਕਿਹੜੀ ਕੰਟਰੀ ਇੰਟਰਨੈਸ਼ਨਲ ਕੰਟਰੀ ਲੱਗਦੇ ਆ ਸਿਰਫ ਇੱਕ ਕੰਟਰੀ ਲੱਗਦੇ ਆ ਦੈਟ ਇਜ਼ ਦਾ ਪਾਕਿਸਤਾਨ ਓਕੇ ਤਾਂ ਪਾਕਿਸਤਾਨ ਨਾਲ ਆਪਣੇ ਪੰਜਾਬ ਦਾ ਬਾਰਡਰ ਜਿਹੜਾ ਬਣ ਰਿਹਾ 553 ਕਿਲੋਮੀਟਰ ਦਾ ਬਣ ਰਿਹਾ ਇਹ ਵੀ ਕੁਐਸਚਨ ਬਹੁਤ ਫੇਮਸ ਹੈਗਾ ਵੀ ਟੋਟਲ ਆਪਣੇ ਪੰਜਾਬ ਆਪਣੇ ਇੰਡੀਆ ਦੇ ਨਾਲ ਜਿਹੜਾ ਪਾਕਿਸਤਾਨ ਦਾ ਬਾਰਡਰ ਹੈਗਾ ਉਸ ਦੀ ਕਿੰਨੀ ਲੈਂਥ ਹੈਗੀ ਤਾਂ ਯਾਦ ਰੱਖਿਓ 3300 ਕਿਲੋਮੀਟਰ ਇਹ ਵੀ ਕੁਐਸਚਨ ਐਗਜ਼ਾਮ ਦੇ ਵਿੱਚ ਆਇਆ ਹੋਇਆ ਹੈ ਵੀ ਆਪਣੇ ਇੰਡੀਆ ਦਾ ਕਿੰਨਾ ਕਿੰਨੇ ਕਿਲੋਮੀਟਰ ਲੈਂਥ ਪਾਕਿਸਤਾਨ ਨਾਲ ਟੱਚ ਕਰਦੀ ਆ ਬਾਰਡਰ 3300 ਕਿਲੋਮੀਟਰ ਤਾਂ ਇਹ ਵੀ ਕੁਐਸਚਨ ਆ ਸਕਦਾ ਹੈ ਵੀ ਕਿਉਂਕਿ ਪੰਜਾਬ ਜੀਕੇ ਦੇ ਵਿਦ ਰਿਸਪੈਕਟ ਹੈ ਵੀ ਪੰਜਾਬ ਦੀ ਕਿੰਨੀ ਕੁ ਕਿਲੋਮੀਟਰ ਲੈਂਥ ਆਪਣੇ ਪਾਕਿਸਤਾਨ ਨਾਲ ਲੱਗਦੀ ਹੈ ਤਾਂ 553 ਕਿਲੋਮੀਟਰ ਲੈਂਥ ਪਾਕਿਸਤਾਨ ਨਾਲ ਟੱਚ ਕਰਦੀ ਹੈ ਤਾਂ ਉਹ 6 ਡਿਸਟ੍ਰਿਕਟ ਕਿਹੜੇ-ਕਿਹੜੇ ਹੈਗੇ ਨੇ ਬਹੁਤ ਹੀ ਫੇਮਸ ਆਪਣੇ ਬਾਰਡਰ ਡਿਸਟ੍ਰਿਕਟ ਹੈਗੇ ਨੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਤੇ ਫਾਜ਼ਿਲਕਾ ਤਾਂ ਇਹ 6 ਡਿਸਟ੍ਰਿਕਟ ਨੇ ਜਿਹੜੇ ਆਪਣੇ ਪੰਜਾਬ ਦੇ ਪਾਕਿਸਤਾਨ ਨਾਲ ਟੱਚ ਕਰ ਰਹੇ ਨੇ ਤਾਂ ਅੱਜ ਦਾ ਸੈਸ਼ਨ ਫਿਨਿਸ਼ ਹੋਇਆ ਡੀਅਰ ਸਟੂਡੈਂਟ ਤਾਂ ਹੋਪ ਕਰਦਾ ਤੁਹਾਨੂੰ ਵੀਡੀਓ ਬਹੁਤ ਪਸੰਦ ਆਈ ਹੋਊਗੀ ਤਾਂ ਪਲੀਜ਼ ਅੱਗੇ ਫਰੈਂਡਸ ਨੂੰ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤੇ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗ ਰਹੀ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਕਮੈਂਟ ਕਰਦਿਆ ਕਰੋ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਦੇ ਰਿਹਾ ਕਰੋ ਥੈਂਕ ਯੂ एवरीवन ਫॉर ਵਾਚਿੰਗ ਮਾਈ ਵੀਡੀਓ